ਸਰਕਾਰਾਂ ਨੇ ਕਰਫਿਊ ਦੇ ਹੁਕਮ ਚਾੜ ਜਨਤਾ ਘਰਾ ਵਿੱਚ ਡੱਕ ਦਿੱਤੀ ਹੈ ਪਰ ਉਹਨਾਂ ਦਾ ਕੀ ਸਰਕਾਰ ਨੇ ਸੋਚਿਆ ਹੈ ਜਿਹਨਾਂ ਸਾਹਮਣੇ ਰੋਜੀ ਰੋਟੀ ਦਾ ਸੰਕਟ ਹੈ ਖਾਣ ਨੂੰ ਦਾਣੇ ਨਹੀਂ ਸਰਕਾਰਾਂ ਨੇ ਤਾਂ ਇਹਨਾਂ ਦਾ ਕੀ ਆਸਰਾ ਬੰਨਾ ਸੀ ਉਪਰੋ ਦੋ ਡੰਗ ਦੀ ਰੋਟੀ ਜੋ ਵੱਖ-ਵੱਖ ਜਥੇਬੰਦੀਆਂ ਸੰਸਥਾਵਾਂ ਵੱਲੋਂ ਲਾਇ ਲੰਗਰ ਤੋਂ ਮਿਲ ਰਹੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਕੈਪਟਨ ਸਰਕਾਰ ਨੇ ਹੁਣ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਲਗਾਉਣ ਉੱਪਰ ਪਾਬੰਦੀ ਲਗਾ ਦਿੱਤੀ ਹੈ ਅਰੇ ਸਰਕਾਰ ਦੇ ਇਸ ਨਾਦਰ ਸ਼ਾਹੀ ਫਰਮਾਨ ਨੇ ਇਹਨਾਂ ਗਰੀਬ ਗੁਰਬਿਆਂ ਦੇ ਸਾਹਮਣੇ ਦੋ ਡੰਗ ਦੀ ਰੋਟੀ ਦਾ ਸੰਕਟ ਖੜਾ ਕਰ ਦਿੱਤਾ ਹੈ ਇਹ ਫਾਕੇ ਕੱਟਣ ਮਜਬੂਰ ਹੋਣ ਲੱਗੇ ਹਨ ਭੁੱਖੇ ਵਿਲਕਣ ਲੱਗੇ ਹਨ ਸੰਗਰੂਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੰਗਰ ਦੇਣ ਉੱਤੇ ਪਾਬੰਦੀ ਲਗਾ ਕੇ ਕੇਵਲ ਰੈੱਡ ਕਰਾਸ ਰਾਹੀਂ ਲੰਗਰ ਜਾਂ ਰਾਸ਼ਨ ਦੇਣ ਦੇ ਫੈਸਲਿਆਂ ਨੇ ਰੋਜ਼ਾਨਾ ਕਿਸੇ ਨਾ ਕਿਸੇ ਸੰਸਥਾ ਰਾਹੀਂ ਢਿੱਡ ਦੀ ਅੱਗ ਬਜਾਉਣ ਵਾਲਿਆਂ ਨੂੰ ਭੁੱਖੇ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਸੰਗਰੂਰ ਜ਼ਿਲ੍ਹੇ ਦੇ ਸੂਲਰ ਕਰਾਟ ਕਸਬੇ ਦੀ ਦਾਣਾ ਮੰਡੀ ਦੇ ਆੜਤੀਆਂ ਅਤੇ ਗੁਰਦੁਆਰਾ ਕਮੇਟੀ ਦੇ 250 ਦੇ ਕਰੀਬ ਆਬਾਦੀ ਲਈ ਲਗਾਤਾਰ ਦੋ ਵਾਰ ਲੰਗਰ ਪਕਾ ਕੇ ਦੇਣ ਦੀ ਜ਼ਿੰਮੇਵਾਰੀ ਨਿਭਾਈ ਜਾਰੀ ਰੱਖੀ ਹੋਈ ਸੀ ਸਬੰਧ ਟਾਈਮ ਆਪੋ ਆਪਣੇ ਪਰਿਵਾਰ ਲਈ ਰੋਟੀ ਡੱਬਿਆਂ ਚ ਪਵਾ ਕੇ ਲੈ ਜਾਂਦੇ ਸਨ ਇਸ ਕੰਮ ਵਿੱਚ ਸ਼ਾਮਲ ਤਰਲੋਚਨ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਰੋਕ ਲਗਾਉਣ ਤੋਂ ਬਾਅਦ ਲੰਗਰ ਬੰਦ ਕਰ ਦਿੱਤਾ ਗਿਆ ਹੈ ਅਰੇ ਤਿੰਨ ਦਿਨ ਤੱਕ ਇਨਾਂ ਲੋਕਾਂ ਲਈ ਕੋਈ ਬਦਲਵਾ ਪ੍ਰਬੰਧ ਨਹੀਂ ਹੋ ਸਕਿਆ ਚੌਥੇ ਦਿਨ ਪਾਵੈ ਐਤਵਾਰ ਨੂੰ ਸੰਗਰੂਰ ਦੀ ਕਿਸੇ ਗੈਰ ਸਰਕਾਰੀ ਸੰਸਥਾ ਨੇ ਥੋੜਾ ਕਿੱਤਾ ਭਾਵ 5-5 ਕਿਲੋ ਆਟਾ ਅਤੇ ਹੋਰ ਸਮਾਨ ਦਿੱਤਾ ਹੈ ਇਹ ਆਟਾ ਕਿੰਨੇ ਦਿਨ ਚੱਲੇਗਾ ਮੁੜ ਕਦੋਂ ਕੋਈ ਸੰਸਥਾ ਆਵੇਗੀ ਇਸ ਬਾਰੇ ਪਿਲ ਹਾਲ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਕੋਲ ਸਰਕਾਰੀ ਰਾਸ਼ਨ ਇੱਕ ਵਾਰ ਵੀ ਨਹੀਂ ਪੁੱਜਿਆ ਪਟਿਆਲਾ ਵਿੱਚ ਵੀ ਲੰਗਰ ਅਤੇ ਰਾਸ਼ਨ ਵਰਤੌਣ ਵਾਲੇ ਇੱਕ ਵਿਅਕਤੀ ਦੇ ਪੋਜ਼ਿਟਿਵ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਗੁਰਦੁਆਰਾ ਕਮੇਟੀਆਂ ਦਾ ਕਹਿਣਾ ਹੈ ਕਿ ਉਹਨਾਂ ਪ੍ਰਸ਼ਾਸਨਿਕ ਹਦਾਇਤਾਂ ਉੱਤੇ ਲੰਗਰ ਦੇਣਾ ਸੀਮਿਤ ਕਰ ਦਿੱਤਾ ਹੈ ਰੈੱਡ ਕਰਾਸ ਨੂੰ ਇਹ ਕੰਮ ਸਿਰੇ ਚੜਾਉਣ ਲਈ ਉਸ ਕੋਲ ਲੋੜਿੰਦਾ ਰਾਸ਼ਨ ਅਤੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਕਰਨ ਲਈ ਟੀਮ ਵੀ ਹੋਣੀ ਚਾਹੀਦੀ ਹੈ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕਲੱਬਾਂ ਅਤੇ ਹੋਰ ਸੰਸਥਾਵਾਂ ਨਾਲ ਸੰਪਰਕ ਕਰ ਰਿਹਾ ਹੈ ਜਦੋਂ ਤੱਕ ਇਹ ਟੀਮ ਨਹੀਂ ਬਣ ਜਾਂਦੀ ਤਦ ਤੱਕ ਗਰੀਬਾਂ ਲਈ ਰੋਜ਼ੀ ਰੋਟੀ ਦੀ ਜ਼ਿੰਮੇਵਾਰੀ ਕਿਵੇਂ ਨਿਭਾਈ ਜਾਵੇਗੀ ਇਹ ਵੱਡਾ ਸਵਾਲ ਹੈ ਕਣਕ ਦੀ ਵਾਢੀ ਤੇ ਜਿੱਥੇ ਮੌਸਮ ਦੀ ਮਾਰ ਨੇ ਤਾਂ ਕਿਸਾਨਾਂ ਲਈ ਮੁਸੀਬਤ ਖੜੀ ਕਰ ਹੀ ਦਿੱਤੀ ਹੈ ਸਗੋਂ ਸਰਕਾਰ ਵੱਲੋਂ 45 ਦਿਨ ਲੰਬੀ ਖਰੀਦ ਚਲਾਉਣ ਦਾ ਲਿਆ ਫੈਸਲਾ ਵੀ ਕਿਸਾਨਾਂ ਆਰਤੀਆਂ ਤੇ ਬਹੁਤ ਸਾਰੇ ਸਬੰਧਿਤ ਲੋਕਾਂ ਦੇ ਸੰਘੋ ਹੇਠਾਂ ਨਹੀਂ ਉਤਰ ਰਿਹਾ ਪੰਜਾਬ ਸਰਕਾਰ ਨੇ 15 April ਤੋਂ ਖਰੀਦ ਸ਼ੁਰੂ ਹੋਣ ਵਾਲੇ ਦਿਨ ਪਿੱਛੋਂ ਹਰ ਦਿਨ ਇੱਕ ਆਰਤੀ ਨੂੰ ਪੰਜ پاس ਰੋਜ਼ਾਨਾ ਦੇਣ ਦੀ ਰਣਜੀ ਦਾ ਐਲਾਨ ਕੀਤਾ ਸੀ ਪੰਜਾਬ ਵਿੱਚ ਭਾਵੇਂ 30000 ਆਰਤੀ ਰਜਿਸਟਰਡ ਹਨ ਪਰ ਕਈਆਂ ਦੀ ਰਜਿਸਟ੍ਰੇਸ਼ਨ ਦੋ ਵਾਰ ਵੀ ਹੈ ਪਰ ਲਗਭਗ 26500 ਆਰਤੀ ਮੰਡੀ ਵਿੱਚ ਸਰਗਰਮ ਹਨ ਹਰ ਇੱਕ ਨੂੰ 5-5 ਪਾਸ ਦੇਣ ਲਈ ਰੋਜ਼ਾਨਾ 132000 ਪਾਸ ਜਾਰੀ ਹੋਣੇ ਜ਼ਰੂਰੀ ਹਨ ਅਸਲੀਅਤ ਇਹ ਹੈ ਕਿ 5 ਦਿਨਾਂ ਵਿੱਚ ਲਗਭਗ 1.5 ਲੱਖ ਪਾਸ ਹੀ ਜਾਰੀ ਕੀਤੇ ਗਏ ਬਹੁਤ ਸਾਰੇ ਆਰਤੀ ਅਜੇ ਹਨ ਜਿਨ੍ਹਾਂ ਨੂੰ ਅਜੇ ਤੱਕ ਇੱਕ ਵੀ ਪਾਸ ਜਾਰੀ ਨਹੀਂ ਹੋਇਆ ਪੰਜਾਬ ਦੇ ਮੁਖ ਸਖਤ ਕਰਨ ਅਵਤਾਰ ਸਿੰਘ ਵੱਲੋਂ ਇੱਕ ਮੰਡੀ ਵਿੱਚ ਕੇਵਲ ਇੱਕ ਪਿੰਡ ਦੇ ਲੋਕਾਂ ਨੂੰ ਆਉਣ ਦੇਣ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਤਾਲਮੇਲ ਉੱਤੇ ਰੋਕ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਆਰਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਾ ਸਿਸਟਮ ਅਤੇ ਮੁੱਖ ਸਕੱਤਰ ਦੀਆਂ ਨਵੀਆਂ ਹਦਾਇਤਾਂ ਜ਼ਮੀਨੀ ਹਕੀਕਤ ਤੋਂ ਉਲਟ ਹਨ ਮੰਡੀਆਂ ਵਿੱਚ ਕਈ ਕਈ ਪਿੰਡਾਂ ਦੇ ਕਿਸਾਨਾਂ ਦਾ ਆਉਣਾ ਸੁਭਾਵਿਕ ਹੈ ਇਸੇ ਤਰ੍ਹਾਂ ਇੱਕ ਪਿੰਡ ਦੇ ਕਿਸਾਨ ਖੁਦ ਵੀ ਅਲੱਗ-ਅਲੱਗ ਮੰਡੀਆਂ ਵਿੱਚ ਆਪਣੀ ਜਣਸ ਵੇਚਦੇ ਹਨ ਇਹ ਰੋਕਾ ਹਟਾ ਕੇ ਇੱਕ ਵਾਰ ਮੰਡੀਆਂ ਦੇ ਸਾਰੇ ਫਲ ਪਰੰਦੇ ਦੀ ਜ਼ਿੰਮੇਵਾਰੀ ਹੋਵੇਗੀ ਸੰਭਵ ਹੈ ਕਿ ਇਸ ਨਾਲ ਹੀ ਕੰਮ ਚੱਲੇਗਾ ਪੰਜਾਬ ਵਿੱਚ ਜਿਸ ਹਿਸਾਬ ਨਾਲ ਮਸ਼ੀਨਾਂ ਚੱਲ ਰਹੀਆਂ ਹਨ ਤਾਂ 25 ਅਪ੍ਰੈਲ ਤੱਕ ਸੋਬੇ ਦੀ 80% ਕਣਕ ਵੱਢੀ ਜਾਣ ਦੀ ਉਮੀਦ ਹੈ ਇਸ ਨਾਲ ਛੋਟੇ ਕਿਸਾਨਾਂ ਦਾ ਵਾਧੂ ਨੁਕਸਾਨ ਹੋ ਜਾਵੇਗਾ ਕਿਉਂਕਿ ਉਸ ਕੋਲ ਕਣਕ ਰੱਖਣ ਲਈ ਥਾਂ ਹੀ ਨਹੀਂ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਕਾਮਯਾਬੀ ਮਿਲਣ ਦੀ ਸੰਭਾਵਨਾ ਜ਼ਿਆਦਾ ਨਜ਼ਰ ਨਹੀਂ ਆਉਂਦੀ ਇਸੇ ਕਰਕੇ ਸਰਕਾਰ ਨੇ ਵੱਖ-ਵੱਖ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਰਾਹੀਂ ਹੰਗਾਮੀ ਹਾਲਤ ਵਿੱਚ ਪ੍ਰਸ਼ਾਸਨਿਕ ਕੰਮ ਚਲਾਉਣ ਲਈ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਹੌਟਸਪੌਟ ਵਾਲੇ ਖੇਤਰਾਂ ਵਿੱਚ ਸਭ ਨੂੰ 28 ਦਿਨਾਂ ਲਈ ਘਰੋਂ ਬਾਹਰ ਨਾ ਨਿਕਲਣਾ ਯਕੀਨੀ ਬਣਾਇਆ ਗਿਆ ਹੈ ਜੇਕਰ ਤੁਹਾਨੂੰ ਸਾਡਾ ਇਹ ਅਪਰੇਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ